ਕਿਸਾਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਔਰ ਦੇਖਿਆ ਜਾ ਸਕਦਾ ਹੈ ਕਿ ਟੈਂਟ ਜਿਹੜਾ ਉਹ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੈਕਸੀ ਯੂਨੀਅਨ ਦੇ ਜਿਹੜੇ ਨੁਮਾਇੰਦੇ ਨੇ ਉਹ ਪਹੁੰਚ ਚੁੱਕੇ ਨੇ, ਆਪੋ ਆਪਣੀਆਂ ਟੈਕਸੀਆਂ ਲੈ ਕੇ ਪਹੁੰਚ ਚੁੱਕੇ ਨੇ। ਹਾਲਾਂਕਿ ਕੱਲ੍ਹ ਜਿਹੜਾ ਧਰਨੇ ਦੀ ਜਿਹੜੀ ਕਾਲ ਦਿੱਤੀ ਗਈ ਸੀਗੀ ਕਿ ਕੱਲ੍ਹ ਵੱਡੀ ਗਿਣਤੀ 'ਚ ਧਰਨਾ ਵੀ ਰਹੇਗਾ ਔਰ ਤਾਲਾਬੰਦੀ ਵੀ ਕੀਤੀ ਜਾਵੇਗੀ ਜਿੱਥੇ ਲੋਕਾਂ ਦਾ ਸਹਿਯੋਗ ਮੰਗਿਆ ਗਿਆ ਸੀ, ਪਰ ਇਸੇ ਵਿਚਾਲੇ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਟੈਕਸੀ ਯੂਨੀਅਨ ਦੇ ਆਗੂ ਪਹੁੰਚੇ ਨੇ, ਤਾਂ ਪੁਲਿਸ ਵੀ ਜਿਹੜੀ ਮੌਕੇ 'ਤੇ ਦੇਖਿਆ ਜਾ ਸਕਦਾ ਤਸਵੀਰਾਂ ਦੇ ਵਿੱਚ ਕਿ ਪੁਲਿਸ ਵੀ ਜਿਹੜੀ ਆ ਇੱਥੇ ਤੈਨਾਤ ਹੈਗੀ ਆ ਔਰ ਉਹਨਾਂ ਦੇ ਵੱਲੋਂ ਵੀ ਦੇਖਿਆ ਜਾ ਰਿਹਾ। ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਕੱਲ੍ਹ ਜਿਹੜੀ ਤਾਲਾਬੰਦੀ ਕਰ ਦਿੱਤੀ ਜਾਵੇਗੀ ਤਾਂ ਵੱਡੀ ਗਿਣਤੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ ਜਿਹੜਾ ਹਜ਼ੂਮ ਹੈ ਉਹ ਦੇਖਣ ਨੂੰ ਮਿਲ ਸਕਦਾ ਹੈ। ਔਰ ਦੂਸਰੇ ਪਾਸੇ ਜਿਹੜੇ ਟੈਕਸੀ ਯੂਨੀਅਨ ਦੇ ਆਗੂ ਨੇ ਉਹ ਵੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਵੱਲੋਂ ਵੀ ਜਿਹੜਾ ਰੋਸ ਹੈ ਉਹ ਜ਼ਰੂਰ ਵਿਅਕਤ ਕੀਤਾ ਜਾ ਰਿਹਾ। ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿੱਥੇ ਇੱਕ ਪਾਸੇ ਮਹਿੰਗੀਆਂ ਟੋਲ ਦਰਾਂ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਇਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਜਿਹੜਾ ਇਸ ਟੋਲ ਨੂੰ ਪੱਕਾ ਬੰਦ ਕਰ ਦਿੱਤਾ ਜਾਵੇਗਾ। ਦਿਲਬਾਗ ਜੀ, ਕੱਲ੍ਹ ਐਲਾਨ ਕੀਤਾ ਕਿ ਕੱਲ੍ਹ ਪੱਕਾ ਟੋਲ ਨੂੰ ਬੰਦ ਕਰਨ ਜਾ ਰਹੇ ਹੋ, ਤਾਲੇਬੰਦੀ ਕਰਨ ਜਾ ਰਹੇ ਹੋ? ਬਿਲਕੁਲ, ਕੱਲ੍ਹ ਬੰਦ ਕਰ ਦਿਆਂਗੇ, ਬਿਲਕੁਲ ਤਾਲਾਬੰਦੀ ਹੋ ਜਾਵੇਗੀ। ਕੀ ਮੰਨਦੇ ਹੋ, 14 ਦਿਨਾਂ ਤੋਂ ਲਗਾਤਾਰ ਧਰਨਾ ਜਾਰੀ ਸੀ ਪਰ ਕੋਈ ਗੱਲਬਾਤ ਨਹੀਂ ਹੋ ਪਾਈ ਅਧਿਕਾਰੀਆਂ ਦੇ ਨਾਲ, ਔਰ ਕਿਹੜੀ ਕਿਹੜੀ ਇਹੋ ਜਿਹੀ ਡਿਮਾਂਡ ਆ ਜਿਹੜੀ ਜਿੱਤੇ ਸਹਿਮਤੀ ਨਹੀਂ ਬਣ ਪਾਈ? ਦੇਖੋ, ਸਹਿਮਤੀ ਤਾਂ ਬਣ ਪਾਉਂਦੀ ਜੇ ਉਰੇ ਆਉਂਦੇ ਤੇ, ਉਰੇ ਨਹੀਂ ਆਏ, ਕੋਈ ਮੀਟਿੰਗ ਹੁੰਦੀ, ਕੋਈ ਟੇਬਲ ਟਾਕ ਹੁੰਦਾ, ਫਿਰ ਉਹ 'ਚ ਆਪਾਂ ਕੱਢਦੇ ਵੀ ਆਹ ਸਾਡੀਆਂ ਮੰਗਾਂ ਸੀ, ਆਹ ਮੰਨਦੇ ਆ ਨਹੀਂ ਮੰਨਦੇ। ਪਰ ਜਦੋਂ ਕੋਈ ਆਇਆ ਹੀ ਨਹੀਂ ਇੱਥੇ, ਤੇ ਫਿਰ ਆਪਾਂ ਨੂੰ ਕੀ ਰੱਖੀ, ਅਸੀਂ ਤਾਂ ਇੱਕ ਪੱਖ ਆ ਸਾਡਾ ਵੀ ਅਸੀਂ ਬੈਠੇ ਹਾਂ, ਆਹ ਸਾਡੀਆਂ ਮੰਗਾਂ ਨੇ, ਪਰ ਅਗਲੇ ਬੰਨੇ ਕੋਈ ਆਇਆ ਹੀ ਨਹੀਂ, ਤੇ ਆਪਾਂ ਉਹਨੂੰ ਕੀ ਸਮਝੀਏ ਵੀ ਇਹ ਟੋਲ ਨਜਾਇਜ਼ ਚੱਲਦਾ ਸੀ ਤਾਂ ਨਹੀਂ ਆਏ, ਇਹ ਨਜਾਇਜ਼ ਵਸੂਲੀ ਹੁੰਦੀ ਸੀ ਲੋਕਾਂ ਤੋਂ, ਇਹ ਤਾਂ ਚੱਲਦਾ ਸੀ ਤਾਂ ਨਹੀਂ ਆਏ। ਇਹ ਗੱਲਾਂ ਨੂੰ ਲੈ ਕੇ ਜਿਹੜੇ ਇਹ ਲੋਕ ਸਾਡੇ ਸਾਹਮਣੇ ਆ ਨਹੀਂ ਸਕੇ। ਕੀ ਮੰਗ ਡਿਮਾਂਡ ਮੇਨ ਕਿਹੜੀ ਹੈਗੀ ਆ, ਥੋੜ੍ਹਾ ਜਿਹਾ ਦੱਸੋਗੇ ਦਰਸ਼ਕਾਂ ਨੂੰ ਵੀ, ਕਿਉਂਕਿ ਆਮ ਤੌਰ 'ਤੇ ਟੋਲ ਦਰਾਂ ਦੇ ਵਿੱਚ ਵਾਧਾ ਹੋਇਆ ਸੀ ਤਾਂ ਤੁਸੀਂ ਕਿਹਾ ਸੀ ਕਟੌਤੀ ਕੀਤੀ ਜਾਵੇ, ਕਿਹੜੀਆਂ ਕਿਹੜੀਆਂ ਅਹਿਮ ਮੰਗਾਂ ਨੇ? ਤਿੰਨ ਮੰਗਾਂ ਅਹਿਮ ਨੇ ਜੀ। ਇੱਕ ਤਾਂ 150 ਰੁਪਏ ਦੀ ਪਰਚੀ ਕਰਕੇ 24 ਘੰਟਿਆਂ ਦੀ ਕਰਨ, ਔਰ ਦੂਜਾ ਜਿਹੜਾ ਪਾਸ ਬਣਦਾ 170 ਰੁਪਏ ਦਾ ਕਰਨ, ਔਰ 20 ਕਿਲੋਮੀਟਰ ਦਾ ਏਰੀਆ ਫ੍ਰੀ ਕਰਨ, ਇਹ ਤਿੰਨ ਮੰਗਾਂ ਮੇਨ ਨੇ। ਹਾਂਜੀ, ਅਤੇ ਹੁਣ ਅਗਲਾ ਐਕਸ਼ਨ ਤੁਹਾਡਾ ਜਥੇਬੰਦੀਆਂ ਦਾ, ਤੁਹਾਨੂੰ ਸਾਥ ਵੀ ਮਿਲ ਰਿਹਾ, ਵੱਡੀ ਗਿਣਤੀ 'ਚ ਟੈਕਸੀ ਯੂਨੀਅਨ ਵਾਲੇ ਪਹੁੰਚ ਗਏ ਨੇ, ਤਾਂ ਕਿਸ ਤਰੀਕੇ ਦੀ ਤਿਆਰੀ ਹੈ? ਅਸੀਂ ਸਭ ਤੋਂ ਪਹਿਲਾਂ ਤਾਂ ਇਸ ਸਾਥ ਲਈ ਮੀਡੀਆ ਦਾ ਧੰਨਵਾਦ ਕਰਦੇ ਹਾਂ, ਜਿਹੜੇ ਧੁੱਪ ਦੇ ਵਿੱਚ ਨਿੱਤ ਦਿਨ ਆਣ ਕੇ ਇੱਥੇ ਕਵਰੇਜ ਕਰਕੇ ਔਰ ਸਾਰੇ ਇਹਨਾਂ ਨੇ ਜਿਹੜੀ ਦੂਰ ਤੱਕ ਗੱਲ ਪਹੁੰਚਾਈ ਆ, ਔਰ ਉਹ ਤੋਂ ਬਾਅਦ ਟੈਕਸੀ ਯੂਨੀਅਨ, ਟਰੱਕ ਯੂਨੀਅਨ, ਟੈਂਪੂ ਯੂਨੀਅਨ ਅਤੇ ਸਾਡੀਆਂ ਸਹਿਯੋਗੀ ਜਥੇਬੰਦੀਆਂ ਜਿੰਨੀਆਂ ਨੇ ਉਹ ਸਾਰਿਆਂ ਦਾ ਅਸੀਂ ਜੀ ਆਇਆਂ ਧੰਨਵਾਦ ਵੀ ਕਰਦੇ ਹਾਂ, ਔਰ ਸਾਰਿਆਂ ਨੂੰ ਕਹਿੰਦੇ ਹਾਂ ਵੀ ਕੱਲ੍ਹ ਹੋਮ ਹਮਾ ਕੇ ਇੱਥੇ ਪਹੁੰਚੋ ਤਾਂ ਜੋ ਤੁਹਾਡੀ ਨਿਗਰਾਨੀ ਦੇ ਵਿੱਚ ਜਿਹੜੇ ਤਾਲੇ ਜਿਹੜੇ ਲਾਏ ਜਾਣ। ਲੁਧਿਆਣਾ ਤੋਂ ਸੰਸਦ ਮੈਂਬਰ ਨੇ ਰਾਜਾ ਵੜਿੰਗ, ਚਾਹੇ ਕੇਂਦਰੀ ਮੰਤਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਗੱਲ ਕਰੀਏ, ਤਾਂ ਉਹ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ, ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਉੱਥੇ ਰੇਟ ਵਧਾਏ ਗਏ ਨੇ, ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਕਿਸਾਨ ਹੈਗੇ ਨੇ ਲੋਕਾਂ ਦੇ ਹੱਕ ਵਿੱਚ ਖੜੇ ਨੇ, ਪਰ ਦੂਸਰੇ ਪਾਸੇ ਲੀਡਰ ਜਿਹੜੇ ਆ ਇਸ ਤਰੀਕੇ ਦੀ ਸਟੇਟਮੈਂਟ ਦੇ ਰਹੇ ਨੇ। ਜਿਹੜੇ ਲੀਡਰ ਆ ਨਾ, ਇਹਨਾਂ ਨੂੰ ਲੋਕਾਂ ਦਾ ਦੁੱਖ ਨਹੀਂ ਦਿਖਦਾ, ਇਹ ਸਿਰਫ 10-15 ਦਿਨ ਲੋਕਾਂ ਨੂੰ ਦੇਖਦੇ ਨੇ ਜਿੰਨੇ ਦਿਨ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਤਾਂ ਇਹਨਾਂ ਨੂੰ ਲੋਕ ਦਿਖਦੇ ਹੀ ਨਹੀਂ ਹੈਗੇ। ਜਿੱਦਣ ਇੱਥੇ ਲੋਕਾਂ ਦੇ ਸ਼ੀਸ਼ੇ ਟੁੱਟਦੇ ਆ, ਲੋਕਾਂ ਦੀਆਂ ਗੱਡੀਆਂ ਤੋੜਦੇ ਆ, ਕਿਰਪਾਨਾਂ ਚਲਾਉਂਦੇ ਆ, ਸਾਰਾ ਕੁਝ ਕਰਦੇ ਆ, ਉਦਣ ਇਹਨਾਂ ਲੀਡਰਾਂ ਨੂੰ ਬੰਦਾ ਪੁੱਛੇ ਵੀ ਕਾਨੂੰਨ ਵਿਵਸਥਾ ਕਿੱਥੇ ਗਈ ਆ, ਜੇ ਅੱਜ ਦੇ ਕਾਨੂੰਨ ਵਿਵਸਥਾ ਖਰਾਬ ਹੀ ਨਹੀਂ ਹੋਈ, ਉਹ ਦੇਖੋ ਟ੍ਰੈਫਿਕ ਚੱਲ ਰਹੀ ਆ। ਕਾਨੂੰਨ ਵਿਵਸਥਾ ਉੱਥੇ ਖਰਾਬ ਹੁੰਦੀ ਜਿੱਥੇ ਟ੍ਰੈਫਿਕ ਰੋਕੀ ਹੋਵੇ, ਲੋਕ ਲੜਦੇ ਹੋਣ ਆਪਸ ਵਿੱਚ, ਸਾਡੇ ਇੱਥੇ ਸ਼ਾਂਤੀ ਬਿਲਕੁਲ ਕੋਈ ਚੱਕਰ ਹੀ ਨਹੀਂ ਹੈਗਾ, ਆਹ ਸਾਰੇ ਸਾਡੇ ਭਰਾ ਖੜ੍ਹੇ ਨੇ, ਔਰ ਟ੍ਰੈਫਿਕ ਚੱਲ ਰਹੀ ਆ,
ਹਾਂ ਉਹਨਾਂ ਨੂੰ ਦੁੱਖ ਇਸ ਗੱਲ ਦਾ ਵੀ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਪਾਲਿਆ ਨਾ, ਉਹ ਫਿਰ ਉਹਦੇ ਲਈ ਭੌਂਕਦਾ ਹੀ ਹੁੰਦਾ ਅਗਲਾ। ਉਹ ਉਹਨਾਂ ਨੇ ਪਾਲਿਆ ਅਤੇ ਉਹਨਾਂ ਲਈ ਉਹ ਭੌਂਕੂਗਾ ਕਿਉਂਕਿ ਉਹਨਾਂ ਦੇ ਪੈਸੇ ਮਰਦੇ ਆ। ਅਤੇ ਇਸ ਕਰਕੇ ਉਹਨਾਂ ਨੂੰ ਜਨਤਾ ਨਹੀਂ ਦੇਖਦੀ। ਕਾਨੂੰਨ ਵਿਵਸਥਾ ਕੋਈ ਖਰਾਬ ਨਹੀਂ, ਕਾਨੂੰਨ ਵਿਵਸਥਾ ਬਿਲਕੁਲ ਸਹੀ ਹੈ ਅਤੇ ਕੋਈ। ਬਾਕੀ ਜਥੇਬੰਦੀਆਂ ਦਾ ਕਿਸ ਤਰੀਕੇ ਦੇ ਨਾਲ ਸਹਿਯੋਗ ਆ, ਬਾਕੀ ਵੀ ਹੋਰ ਵੀ ਕਿਸਾਨ ਜਥੇਬੰਦੀਆਂ ਨੇ? ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਜੀ, ਆ ਸਾਡੇ ਨਾਲ ਸਾਡੇ ਭਰਾ ਖੜੇ ਨੇ ਆਣ ਕੇ ਸਾਰੇ। ਅਸੀਂ ਖੁੱਲ੍ਹਾ ਸੱਦਾ ਦਿੱਤਾ ਸੀ ਵੀ ਇਹ ਪਬਲਿਕ ਹਿੱਤ ਦਾ ਕੰਮ ਆ, ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਔਰ ਗਡਕਰੀ ਸਾਹਿਬ ਦੇ ਬਿਆਨ ਮੁਤਾਬਕ ਇਹ ਟੋਲ ਚੱਲ ਨਹੀਂ ਸਕਦੇ। ਔਰ ਉਹਨਾਂ ਦਾ ਬਿਆਨ ਸੀ ਜਿਹੜਾ ਵੀ ਜਿੱਥੇ ਕੋਈ ਵੀ ਸੁਵਿਧਾ ਨਹੀਂ ਹੈਗੀ ਸੜਕਾਂ ਜਾਂ ਪੁਲਾਂ ਦੀ, ਜਾਂ ਮਤਲਬ ਪੀਣ ਵਾਲਾ ਪਾਣੀ, ਲੈਟਰਿੰਗ ਬਾਥਰੂਮ, ਇਹਨਾਂ ਦੀ ਸੁਵਿਧਾ ਨਹੀਂ, ਉੱਥੇ ਉਹ ਟੋਲ ਨਹੀਂ ਲੈ ਸਕਦੇ। ਪਰ ਇੱਥੇ ਹੈ ਹੀ ਕੁਛ ਨਹੀਂ, ਇਹਨਾਂ ਕੋਲ ਵੀ ਕੁਛ ਨਹੀਂ ਹੈਗਾ, ਇਹ ਵੀ ਨਹੀਂ ਲੈ ਸਕਦੇ। ਹੁਣ ਕੱਲ੍ਹ ਤਾਲਾਬੰਦੀ? ਕੱਲ੍ਹ ਪੱਕੀ ਹੈ ਤਾਲਾਬੰਦੀ, ਹੁਣ ਪੱਕੀ ਹੋਊਗੀ। ਦੁਆਬਾ ਜਥੇਬੰਦੀ ਦੇ ਵੀ ਪ੍ਰਧਾਨ ਨੇ ਸਰ, ਸਹਿਯੋਗ ਕਰ ਰਹੇ ਹੋ, ਕੱਲ੍ਹ ਤਾਲਾਬੰਦੀ ਦੀ ਤਿਆਰੀ ਹੈ? ਜੀ ਬਿਲਕੁਲ ਜੀ, ਸਾਡੀ ਜਿਵੇਂ ਤੁਸੀਂ ਦੇਖਿਆ ਦੋ ਜਥੇਬੰਦੀਆਂ ਵੱਲੋਂ ਕਾਲ ਸੀ, ਔਰ ਅੱਜ ਦੇਖਦੇ ਹੋ ਤੁਸੀਂ ਕਾਫਲਾ ਕਿੰਨਾ ਵੱਧ ਗਿਆ। ਸਾਰੀ ਯੂਨੀਅਨਾਂ ਨੇ ਔਰ ਸਾਰੇ ਸਾਥੀ ਜਥੇਬੰਦੀਆਂ ਨੇ ਸਮਰਥਨ ਕਰਤਾ, ਔਰ ਕੱਲ੍ਹ ਨੂੰ ਪੱਕੇ ਤੌਰ 'ਤੇ ਅਸੀਂ ਤਾਲੇ ਲਾਵਾਂਗੇ ਜੀ, ਬਿਲਕੁਲ ਲਾਵਾਂਗੇ। ਕੋਈ ਗੱਲਬਾਤ ਹੋ ਪਾਈ ਅਧਿਕਾਰੀਆਂ ਦੇ ਨਾਲ, ਕਿਉਂਕਿ ਅਖੀਰਲਾ ਦਿਨ ਅੱਜ? ਗੱਲਬਾਤ ਜੀ ਕੱਲ੍ਹ ਆਈ ਜੀ ਸਾਹਿਬ ਆਏ ਸੀਗੇ, ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਤੇਜ਼ ਕਰ ਦਾਂਗੇ, ਵੀ ਇਹ ਪੁੱਟ ਆਨ ਕਰ ਦਾਂਗੇ, ਵੀ ਜਲਦ ਤੋਂ ਜਲਦ ਤੁਹਾਡਾ ਹੱਲ ਹੋਵੇ ਜਿਹੜੀਆਂ ਮੰਗਾਂ ਨੇ। ਅਸੀਂ ਉਹਨਾਂ ਨੂੰ ਮੰਗਾਂ ਦੱਸਦੀਆਂ ਸੀਗੀਆਂ ਵੀ ਆਹ ਸਾਡੀ ਡਿਮਾਂਡ ਆ, ਵੀ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ, ਉਹ ਕਹਿੰਦੇ ਅਸੀਂ ਇਹਨੂੰ ਜਲਦ ਤੋਂ ਜਲਦ ਕਰਾਂਗੇ ਕੋਸ਼ਿਸ਼ ਵੀ ਇਹਨੂੰ ਹੱਲ ਕੀਤਾ ਜਾਵੇ ਜੀ। ਹੁਣ ਕੀ ਅਗਲਾ ਤੁਹਾਡਾ ਐਕਸ਼ਨ ਪਲਾਨ, ਜਾਂ ਕਿਸ ਤਰੀਕੇ ਦੇ ਨਾਲ ਸਹਿਯੋਗ, ਜਾਂ ਕੀ ਲੱਗਦਾ ਕੋਈ ਗੱਲਬਾਤ ਹੋਣ ਤੋਂ ਬਾਅਦ ਇਸ ਫੈਸਲੇ ਨੂੰ ਟਾਲਿਆ ਜਾ ਸਕਦਾ? ਬਿਲਕੁਲ ਜੀ, ਅਸੀਂ ਤਾਂ ਹੀ ਤਰੀਕ ਲੰਬੀ ਪਾਈ ਸੀ ਵੀ ਅਸੀਂ ਪਹਿਲਾਂ ਕਿਹਾ ਸੀਗਾ ਵੀ ਸ਼ੋਰਟ ਤਰੀਕ ਪਾ ਦਈਏ, ਫਿਰ ਅਸੀਂ ਕਿਹਾ ਵੀ ਚਲੋ ਲੰਬੀ ਤਰੀਕ ਪਾ ਦਿੰਦੇ ਹਾਂ, ਸ਼ਾਇਦ ਇਹ ਆ ਜਾਣ, ਕੋਈ ਹੱਲ ਹੋ ਜਾਵੇ। ਪਰ ਇਹਨਾਂ ਨੂੰ ਕ੍ਰਿਕਟ ਖੇਡਣ ਤੋਂ ਫੁਰਸਤ ਨਹੀਂ ਹੈ, ਜਿਹੜੇ NHA ਦੇ ਅਧਿਕਾਰੀ ਆ ਵੀ ਦੇਖੋਗੇ ਉੱਥੇ ਕ੍ਰਿਕਟ ਖੇਡਦੇ ਆ, ਪਰ ਉਹਨਾਂ ਨੂੰ ਇਹ ਗੱਲ ਦੀ ਫਿਕਰ ਨਹੀਂ ਹੈਗੀ ਵੀ ਕਿਸਾਨ ਇੱਥੇ ਬੈਠੇ ਆ, ਲੋਕ ਇੰਨੇ ਤੰਗ ਨੇ ਵੀ ਸਾਡੇ ਜਿਹੜਾ ਟੈਕਸ ਲਾਇਆ ਹੋਇਆ ਵੀ ਅਸੀਂ ਇਹਦਾ ਕੋਈ ਹੱਲ ਕਰ ਦਈਏ। ਅਤੇ ਇਸ ਕਰਕੇ ਅਸੀਂ ਕੱਲ੍ਹ ਤਾਲਾ ਲਾਵਾਂਗੇ ਪੱਕੇ ਤੌਰ 'ਤੇ ਜੀ, ਸਾਨੂੰ ਲੱਗਦਾ ਨਹੀਂ ਹੁਣ ਵੀ ਹੱਲ ਹੋਊਗਾ। ਟੈਕਸੀ ਯੂਨੀਅਨ ਦੇ ਵੀ ਪ੍ਰਧਾਨ ਨੇ ਸਰ, ਕਿੱਥੋਂ ਆਏ ਹੋ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਨਾਲ ਵਰਕਰ ਸਾਥੀ ਨੇ, ਕਿਸ ਤਰੀਕੇ ਦੀਆਂ ਤਿਆਰੀਆਂ ਨੇ? ਦੇਖੋ ਤਿਆਰੀ ਤਾਂ ਸਾਡੀ ਹਮੇਸ਼ਾ ਰਹਿੰਦੀ ਹੈ ਜੀ, ਅਸੀਂ ਹਮੇਸ਼ਾ ਹੀ ਆਵਾਜ਼ ਉਠਾਉਂਦੇ ਹਾਂ ਜੀ ਜਿੱਥੇ ਗਲਤ ਹੋ ਰਿਹਾ। ਅਤੇ ਅਸੀਂ ਪੰਜਾਬ ਲੈਵਲ 'ਤੇ ਇੱਕ ਮੀਟਿੰਗ ਕੀਤੀ ਜੀ 2 ਮਹੀਨਾ ਪਹਿਲਾਂ, ਜਿਹਦੇ ਵਿੱਚ ਪੰਜਾਬ ਲੈਵਲ ਦੀਆਂ ਜਿੰਨੀਆਂ ਵੀ ਯੂਨੀਅਨ ਨੇ, ਜਿੰਨੇ ਵੀ ਟਰਾਂਸਪੋਰਟ ਦੇ ਨਾਲ ਜੁੜੇ ਹੋਏ ਵੀਰ ਨੇ, ਅਤੇ ਉਹਨਾਂ ਦਾ ਅਸੀਂ ਇੱਕ ਸਾਂਝਾ ਫਰੰਟ ਬਣਾਇਆ ਜਿਹਦਾ ਨਾਮ ਅਸੀਂ ਨੇ ਟਰਾਂਸਪੋਰਟ ਏਕਤਾ ਅਲਾਇੰਸ ਪੰਜਾਬ ਰੱਖਿਆ। ਸੋ ਉਹਦੇ ਵਿੱਚ ਕੀ ਹੁੰਦਾ ਸੀਗਾ, ਸਰਕਾਰਾਂ ਕੋਲ ਜਦੋਂ ਵੀ ਅਸੀਂ ਕੋਈ ਗੱਲ ਉਠਾਉਣੀ, ਟਰਾਂਸਪੋਰਟ ਮੰਤਰੀ ਆ ਚਾਹੇ ਸਾਡਾ ਜ਼ਿਲ੍ਹੇ ਦਾ ਅਧਿਕਾਰੀ ਹੈ, ਉਹਨਾਂ ਨੇ ਮੰਗ ਪੱਤਰ ਲੈਣਾ, ਉਹਨੂੰ ਰੱਦੀ ਵਿੱਚ ਸਿੱਟ ਦੇਣਾ ਅਤੇ ਚਾਪਲੂਸੀ ਕਰਕੇ ਖਹਿੜਾ ਛੁਡਵਾ ਲੈਣਾ। ਪਰ ਹੁਣ ਅਸੀਂ ਜਾਗ ਚੁੱਕੇ ਹਾਂ, ਜਿਸ ਤਰ੍ਹਾਂ ਕਿ ਜਥੇਬੰਦੀਆਂ ਨੇ ਐਸੇ ਮੋਰਚਾ ਬਣਾਇਆ, ਉਹਦੇ ਸਾਨੂੰ ਚੰਗੇ ਰਿਜ਼ਲਟ ਮਿਲੇ। ਸੋ ਟਰਾਂਸਪੋਰਟ ਏਕਤਾ ਅਲਾਇੰਸ ਪੰਜਾਬ ਵੀ ਇਸੇ ਸੰਬੰਧ ਦੇ ਵਿੱਚ ਪੰਜਾਬ ਵੱਲੋਂ ਖੜ੍ਹਾ ਹੋ ਚੁੱਕਾ ਹੈ, ਅਤੇ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਨੂੰ ਸਾਡੇ ਕੋਲ ਬੈਠ ਕੇ ਸਾਡੀ ਆਵਾਜ਼ ਸੁਣਨੀ ਪਊਗੀ ਔਰ ਉਸੇ 'ਤੇ ਫੈਸਲੇ ਲੈਣ ਪੈਣੇ। ਅਗਰ ਕਿਸੇ ਕਾਰਨ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਬਿਲਕੁਲ ਜੀ ਪੂਰੇ ਪੰਜਾਬ ਕੀ ਅਦਰ ਸਟੇਟਾਂ ਦੇ ਵਿੱਚ ਚੱਕੇ ਜਾਮ ਕਰ ਦਾਂਗੇ। ਸਾਰੇ ਟੋਲ ਪਲਾਜ਼ੇ ਬੰਦ ਕਰਾਉਣ ਦੀ ਤੁਹਾਡੇ ਵੱਲੋਂ ਤਿਆਰੀ ਹੈ? ਦੇਖੋ ਜੀ ਟੋਲ ਪਲਾਜ਼ਿਆਂ ਦੀ ਪਹਿਲ ਉਹ ਕਰਨੇ, ਅਸੀਂ ਤਾਂ ਜੀ ਇਹ ਕਰਨਾ ਨਹੀਂ ਚਾਹੁੰਦੇ, ਅਗਰ ਉਹ ਸਾਨੂੰ ਉਹਨਾਂ ਨੇ ਮਜਬੂਰ ਕੀਤਾ ਤਾਂ ਬਿਲਕੁਲ ਅਸੀਂ ਇਹ ਫੈਸਲਾ ਲਵਾਂਗੇ। ਸੋ ਟੈਕਸੀ ਯੂਨੀਅਨ ਦੇ ਆਗੂ ਵੀ ਜਿਹੜੇ ਸਹਿਯੋਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਦਾ, ਪਰ ਦੂਸਰੇ ਪਾਸੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਵੱਡੀ ਗਿਣਤੀ ਦੇ ਵਿੱਚ, ਜਿੱਥੇ ਟੈਕਸੀ ਯੂਨੀਅਨ ਦੇ ਜਿਹੜੇ ਕਰਮਚਾਰੀ ਪਹੁੰਚੇ ਨੇ, ਜਾਂ ਕਹਿ ਲਈਏ ਟੈਕਸੀ ਯੂਨੀਅਨ ਦੇ ਆਗੂ ਪਹੁੰਚੇ ਨੇ,
ਤਾਂ ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਐਲਾਨ ਆ ਉਹ ਕਰ ਦਿੱਤਾ ਗਿਆ ਹੈ, ਤਾਂ ਤਿਆਰੀਆਂ ਇੱਕ ਵਾਰ ਫਿਰ ਤੋਂ ਮੈਂ ਦਿਖਾ ਦਈਏ ਕਿ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਕੀਤੀਆਂ ਵੀ ਜਾ ਰਹੀਆਂ ਨੇ। ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਉਹ ਵੀ ਮੌਕੇ 'ਤੇ ਤੈਨਾਤ ਨੇ, ਤਾਂ ਵੱਡੀ ਗਿਣਤੀ ਦੀ ਜਿਹੜੇ ਇਕੱਠ ਦੀ ਗੱਲ ਕਹੀ ਜਾ ਰਹੀ ਹੈ। ਅਤੇ ਕੱਲ੍ਹ ਜਿਹੜੀ ਲਾਡੋਵਾਲ ਟੋਲ ਪਲਾਜ਼ਾ 'ਤੇ ਤਾਲਾਬੰਦੀ ਦੀ ਗੱਲ ਕਹੀ ਜਾ ਰਹੀ ਹੈ ਕਿ ਕੋਈ ਵੀ ਅਧਿਕਾਰੀ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਜਿਸ ਕਾਰਨ ਉਹ ਤਾਲਾਬੰਦੀ ਕਰਨਗੇ, ਤਾਂ ਇਹ ਕਿਹਾ ਜਾ ਸਕਦਾ ਕਿ ਟੈਕਸੀ ਯੂਨੀਅਨ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਲਾਡੋਵਾਲ ਟੋਲ ਪਲਾਜ਼ਾ 'ਤੇ ਤਾਲਾਬੰਦੀ ਕਰਨਗੀਆਂ।